ਪੰਜਾਬ ਵਿੱਚ ਆਏ ਦਿਨ ਹੀ ਚੋਰੀ ਅਤੇ ਲੁਟਖੋ ਦੀਆਂ ਵਾਰਦਾਤਾਂ ਵਾਪਰੀਆਂ ਨੇ। ਪੰਜਾਬ ਪੁਲਿਸ ਇਹਨਾਂ ਵਾਰਦਾਤਾਂ ਨੂੰ ਜਲਦ ਹੱਲ ਕਰਨ ਦਾ ਦਾਅਵਾ ਕਰਦੀ ਹੈ, ਪਰ ਜਾਂਚ ਦੇ ਨਾਮ ਤੇ ਕੀਤਾ ਕੁਝ ਨਹੀਂ ਜਾਂਦਾ। ਇਹੀ ਕਾਰਨ ਹੈ ਜਿਸ ਕਰਕੇ ਲੋਕਾਂ ਦੇ ਵਿੱਚ ਪੰਜਾਬ ਪੁਲਿਸ ਦੇ ਪ੍ਰਤੀ ਗੁੱਸਾ ਪਾਇਆ ਜਾਂਦਾ ਹੈ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਫਰੀਦਕੋਟ ਦੇ ਕਸਬਾ ਬਰਗਾੜੀ ਤੋਂ, ਜਿੱਥੇ ਕਿ ਇੱਕ ਦੁਕਾਨਦਾਰ ਦੇ ਨਾਲ ਲੁਟਖੋ ਦੀ ਵਾਰਦਾਤ ਵਾਪਰੀ ਸੀ। ਇੱਕ ਮਹੀਨੇ ਪਹਿਲਾਂ ਦੁਕਾਨਦਾਰ ਦੇ ਨਾਲ ਲੁੱਟ ਦੀ ਵਾਰਦਾਤ ਹੋਈ ਸੀ। 2.5 ਲੱਖ ਦੇ ਕਰੀਬ ਦੀ ਰਾਸ਼ੀ ਲੁਟੇਰਿਆਂ ਨੇ ਉਸਦੇ ਕੋਲੋਂ ਲੁੱਟ ਲਈ ਸੀ। ਪੁਲਿਸ ਨੇ ਮਾਮਲਾ ਤਾਂ ਦਰਜ ਕੀਤਾ, ਪਰ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹੈ, ਜਿਸ ਕਰਕੇ ਦੁਕਾਨਦਾਰਾਂ ਦੇ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ। ਦੁਕਾਨਦਾਰਾਂ ਨੇ ਬਰਗਾੜੀ ਵਿੱਚੋਂ ਲੰਘਦੇ ਨੈਸ਼ਨਲ ਹਾਈਵੇ ਤੇ ਧਰਨਾ ਲਗਾ ਕੇ ਆਪਣਾ ਰੋਸ ਜਤਾਇਆ ਹੈ। ਮੌਕੇ ਤੇ ਪੁੱਜੇ ਅਧਿਕਾਰੀ ਦਾ ਕਹਿਣਾ ਸੀ ਕਿ ਉਹਨਾਂ ਦੇ ਵੱਲੋਂ ਧਰਨੇ ਤੇ ਬੈਠੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਹੀ ਬਣਦੀ ਕਾਰਵਾਈ ਹੋਵੇਗੀ। ਬਾਈ ਜੀ, 17 ਜਨਵਰੀ 2020 ਨੂੰ ਜੀ, ਜਦੋਂ ਮੇਰੇ ਫਾਦਰ ਸਾਹਿਬ ਘਰ ਦੇ ਬਾਹਰ 'ਚ ਪਹੁੰਚੇ ਜੀ, ਉਹਨਾਂ ਕੋਲ ਪੈਸਿਆਂ ਵਾਲਾ ਝੋਲਾ ਸੀਗਾ, ਜਿਸ ਦੇ ਵਿੱਚ 2.5 ਲੱਖ ਰੁਪਈਆ ਸੀਗਾ। ਪਿੱਛੋਂ 2 ਨਕਾਬਪੋਸ਼ ਬੰਦੇ ਆਏ ਜੀ ਮੋਟਰਸਾਈਕਲ ਦੇ ਉੱਤੇ, ਤਾਂ ਪੈਸਿਆਂ ਵਾਲਾ ਬੈਗ ਖੋ ਕੇ ਫਰਾਰ ਹੋ ਗਏ। ਫਿਰ ਉਸ ਤੋਂ ਬਾਅਦ ਪੁਲਿਸ ਨੇ FIR ਦਰਜ ਕੀਤੀ, ਪਰ ਹਜੇ ਤੱਕ ਪੁਲਿਸ ਅਸਫਲ ਰਹੀ ਹੈ ਜੀ ਬੰਦੇ ਫੜਨ ਦੇ ਵਿੱਚ। ਕੋਈ CCTV ਫੁਟੇਜ ਦੇ ਵਿੱਚ 2 ਬੰਦੇ ਆਏ ਜੀ, ਉਹਨਾਂ ਦੇ ਮੂੰਹ ਬੰਨੇ ਹੋਏ ਆ ਜੀ, ਅਤੇ ਡੀਲੈਕਸ ਮੋਟਰਸਾਈਕਲ 'ਤੇ ਜੀ। ਕੋਈ ਨੰਬਰ ਵਗੈਰਾ ਪੁਲਿਸ ਦਾ ਕੰਮ ਹੈ ਜੀ ਉਹ ਟਰੇਸ ਕਰਨਾ ਜੀ। ਪੁਲਿਸ ਦਾ ਇਹਨੇ ਸਾਨੂੰ ਵਿਸ਼ਵਾਸ ਦਵਾਇਆ ਸੀਗਾ, ਸਾਨੂੰ ਕੁਛ ਟਾਈਮ ਦਿਉ ਜੀ। 7 ਤਰੀਕ ਦੇ ਕਰੀਬ SP ਸਾਹਿਬ ਆਏ ਸੀਗੇ, ਸਾਨੂੰ ਵਿਸ਼ਵਾਸ ਦਵਾਇਆ ਸੀ ਸਾਨੂੰ ਕੁਛ ਟਾਈਮ ਦਿਉ। ਅਸੀਂ ਉਹਨਾਂ ਨੂੰ 19 ਤਰੀਕ ਤੱਕ ਦਾ ਅਲਟੀਮੇਟ ਦਿੱਤਾ ਸੀਗਾ ਜੀ ਕਿ 19 ਤਰੀਕ ਤੱਕ ਸਾਡੇ ਬੰਦੇ ਲੱਭੋ ਜੀ, ਜਿਨ੍ਹਾਂ ਨੇ ਲੁੱਟ ਖੋ ਕੀਤੀ ਆ, ਪਰ ਉਹ ਅਸਫਲ ਰਹੇ, ਇਸ ਕਰਕੇ ਸਾਨੂੰ ਆਹ ਸਟੈਪ ਚੱਕਣਾ ਪਿਆ। ਹੁਣ ਕੀ ਕੀਤਾ ਗਿਆ? ਹੁਣ ਧਰਨਾ ਲਾ ਕੇ, ਪਹਿਲਾਂ ਧਰਨਾ ਲਾਇਆ ਜੀ 2 ਘੰਟੇ ਸ਼ਾਂਤਮਈ ਸਾਈਡ 'ਤੇ, ਫਿਰ ਉਹ ਪੁਲਿਸ ਪ੍ਰਸ਼ਾਸਨ ਸਾਡੇ ਕੋਲ ਮਿਲਣ ਨਹੀਂ ਆਇਆ ਕੋਈ ਉੱਚ ਅਧਿਕਾਰੀ, ਇਸ ਤੋਂ ਬਾਅਦ ਸਾਨੂੰ ਸੜਕ ਜਾਮ ਕਰਨੀ ਪਈ। ਸਾਡਾ ਸੰਘਰਸ਼ ਜਾਰੀ ਰਹੇਗਾ, ਬਾਕੀ ਸਾਡੀ ਜੋ ਕਮੇਟੀ ਹੈ ਜੀ ਉਹਦਾ ਫੈਸਲਾ ਹੋਏਗਾ, ਸਾਡੀ ਦੁਕਾਨਦਾਰ ਯੂਨੀਅਨ ਬਣੀ ਹੋਈ ਹੈ ਜੀ, ਉਹਨਾਂ ਵਿਚਾਰ ਕਰਕੇ ਅਗਲਾ ਫੈਸਲਾ ਲਿੱਤਾ ਜਾਏਗਾ। ਅੱਜ ਟੋਟਲੀ ਬਰਗਾੜੀ ਹਰੇਕ ਸਬਜ਼ੀ ਰੇਹੜੀ ਦੁਕਾਨਦਾਰ ਸਾਰਾ ਕੁਛ ਬੰਦ ਹੈ ਜੀ, ਸਨੇ ਮਜ਼ਦੂਰ ਸਾਰੇ ਇੱਥੇ ਹੈ ਜੀ। ਹਾਂਜੀ, ਅਸੀਂ ਇੱਥੇ ਹੁਣੇ ਆਏ ਹਾਂ, ਅਸੀਂ ਦੇਖ ਰਹੇ ਹਾਂ ਕਿ ਧਰਨਾ ਲੱਗਿਆ ਹੋਇਆ, ਇਹਨਾਂ ਨਾਲ ਕਰਦੇ ਹਾਂ ਗੱਲਬਾਤ, ਕੀ ਗੱਲਬਾਤ ਹੈਗੀ ਹੈ। ਪਹਿਲਾਂ ਇੱਥੇ ਕੋਈ ਹੋਈ ਸੀ, ਕੋਈ ਖੋਹ ਚੋਰੀ ਹੋਈ ਸੀ, ਉਹਦੇ ਬਾਰੇ ਮੰਗ ਕਰਦੇ ਆ ਕਿ ਉਹਨਾਂ ਨੂੰ ਚੋਰਾਂ ਨੂੰ ਫੜਿਆ ਨਹੀਂ, ਉਹ ਅਸੀਂ ਦੇਖ ਰਹੇ ਹਾਂ ਕਿ ਕੀ ਮਸਲਾ ਹੈਗਾ, ਇਹਨਾਂ ਨਾਲ ਗੱਲ ਕਰਦੇ ਹਾਂ ਜੀ। ਫਰੀਦਕੋਟ ਤੋਂ ਜਗਤਾਰ ਦੋਸਾਂਝ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।